ਨਮਸਕਾਰ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਨ ਸ਼ੰਕਰ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਮੋਦੀ ਨੇ ਇੰਡੀਆਜ਼ ਟੈਕੇਟ ਚਿਪਸ ਆਫ ਵਿਕਸਿਤ ਭਾਰਤ ਦਾ ਵਰਚੁਅਲ ਢੰਗ ਨਾਲ ਉਦਘਾਟਨ ਕੀਤਾ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਤਿੰਨ ਸੈਮੀ ਕੰਡਕਟਰ ਸਹੂਲਤਾਂ ਦਾ ਉਦਘਾਟਨ ਕੀਤਾ। ਇਸ ਮੌਕੇ ਦੇਸ਼ ਭਾਰ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜੋਕੇ ਸਮੇਂ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਕੋਮਾਂਤਰੀ ਕੁਆਂਟਮ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਟੈਕਨੋਲੋਜੀ ਨੂੰ ਅਪਣਾਉਣ ਵੱਲ ਹੀ ਨਹੀਂ ਸਗੋਂ ਤਕਨੀਕੀ ਤਰੱਕੀ ਵੱਲ ਵੀ ਤੇਜ਼ੀ ਨਾਲ ਧਿਆਨ ਦਿੱਤਾ ਤੇ ਗਰੀਬੀ ਨੂੰ ਘਟਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਭਾਰਤ ਵਿੱਚ ਆਧੁਨਿਕ ਢਾਂਚੇ ਦੇ ਵਿਕਾਸ ਵੱਲ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਟਾਰਟਅਪ ਨਾਲ ਦੇਸ਼ ਆਤਮ ਨਿਰਭਰਤਾ ਦੇ ਖੇਤਰ 'ਚ ਅੱਗੇ ਵਧ ਰਿਹਾ ਹੈ ਸਰਕਾਰ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਟ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਮੈਟਰੋ ਰੇਲ ਦੇ ਤਿੰਨ ਕੋਰੀਡੋਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਕੋਰੀਡੋਰਾਂ ਤੇ 4309 ਕਰੋੜ ਰੁਪਏ ਦਾ ਖਰਚ ਹੋਵੇਗਾ। ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਨਾਲ ਦਿੱਲੀ ਵਿੱਚ ਆਵਾਜਾਈ ਵਿੱਚ ਆਸਾਨੀ ਹੋਵੇਗੀ। ਖਿਆ ਮੰਤਰੀ ਰਾਣਾ ਸਿੰਘ ਨੇ ਰਾਸ਼ਟਰੀ ਕ੍ਰੈਡਿਟ ਕੋਰ ਐਨ ਸੀ ਸੀ ਦੇ ਵਿਸਥਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਇਸ ਨਾਲ 3 ਲੱਖ ਕ੍ਰੈਡਿਟ ਅਸਾਮੀਆਂ ਨੂੰ ਜੋੜਿਆ ਜਾਵੇਗਾ ਇਸ ਵਿਸਥਾਰ ਨਾਲ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਤੋਂ ਐਨ ਸੀ ਸੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੀ ਉਮੀਦ ਹੈ ਸਾਲ 1948 ਵਿੱਚ ਸਿਰਫ 20 ਹਜ਼ਾਰ ਕ੍ਰੈਡਿਟਾਂ ਨਾਲ ਸ਼ੁਰੂ ਹੋਈ ਐਨ ਸੀ ਸੀ ਕੋਲ ਹੁਣ 20 ਲੱਖ ਕ੍ਰੈਡਿਟਾਂ ਦੀ ਤਾਕਤ ਹੋਵੇਗੀ ਜੋ ਇਸ ਦੀ ਭੂਮਿਕਾ ਤੇ ਇਸ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਵਰਤੀਤਾਰੀ ਯੁਵਾ ਸੰਗਠਨ ਬਣਾਉਂਦੀ ਹੈ ਇਸ ਵਿਸਥਾਰ ਦਾ ਦੂਰਗਾਮੀ ਪ੍ਰਭਾਵ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖਾਲੀ ਅਸਾਮੀਆਂ ਦੇ ਅਨੁਪਾਤਕ ਵੰਡਵਾਲ ਅਗਵਾਈ ਕਰੇਗਾ ਤੇ NCC ਲਈ ਚਾਹਵਨ ਸੰਸਥਾਵਾਂ ਦੀ ਉਡੀਕ ਸੂਚੀ ਨੂੰ ਘਟਾਵੇਗਾ। ਹਮ ਵਿਸਤਾਰ ਯੋਜਨਾ ਦੇ ਇੱਕ ਮਹੱਤਵਪੂਰਨ ਪਹਿਲੇ ਵਿੱਚ ਸਾਬਕਾ ਸੈਨਿਕਾਂ ਨੂੰ NCC ਇੰਸਟ੍ਰਕਟਰਾਂ ਵਜੋਂ ਰੋਜ਼ਗਾਰ ਦੇਣ ਦਾ ਪ੍ਰਸਤਾਵ ਵੀ ਸ਼ਾਮਲ ਹੈ। ਇਸ ਤਰ੍ਹਾਂ ਉਹਨਾਂ ਦੇ ਹੁਨਰ ਅਤੇ ਵਿਸ਼ਾਲ ਤਜਰਬੇ ਦਾ ਲਾਹ ਲਹਾ ਜਾਵੇਗਾ। ਇਹ ਪਹਿਲ ਕਦਮੀ ਅੰਮ੍ਰਿਤ ਪੀੜੀ ਦੇ ਪ੍ਰੇਰਿਤ ਅਨੁਸ਼ਾਸਿਤ ਅਤੇ ਦੇਸ਼ ਭਗਤ ਨੌਜਵਾਨਾਂ ਦੇ ਆਧਾਰ 'ਤੇ ਵਿਸਤਾਰ ਕਰੇਗੀ ਜੋ ਵਿਕਸਿਤ ਭਾਰ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣਗੇ। NHAI ਨੇ Paytm Fastag ਉਪਭੋਗਤਾਵਾਂ ਲਈ 15 ਮਾਰਚ 2024 ਤੋਂ ਪਹਿਲਾਂ ਦੂਜੇ ਬੈਂਕ ਤੇ Fastag ਵੇਚਣ ਲਈ ਸਲਾਹ ਜਾਰੀ ਕੀਤੀ ਹੈ। ਨਿਰਵਿਘਨ ਯਾਤਰਾ ਅਨੁਭਵ ਨੂੰ ਯਕੀਨੀ ਬਣਾਉਣ ਅਤੇ ਟੋਲ ਪਲਾਜ਼ਾਂ ਤੇ ਆ ਸੁਵਿਧਾ ਤੋਂ ਬਚਣ ਲਈ 15 ਮਾਰਚ ਤੋਂ ਪਹਿਲਾਂ ਕਿਸੇ ਹੋਰ ਬੈਂਕ ਵੱਲੋਂ ਜਾਰੀ ਕੀਤਾ ਨਵਾਂ Fastag ਲੈਣ ਲਈ ਕਿਹਾ ਗਿਆ ਹੈ। ਇਹ ਰਾਸ਼ਟਰੀ ਰਾਜਮਾਰਗਾਂ ਤੇ ਆਉਣ ਜਾਣ ਦੌਰਾਨ ਜੁਰਮਾਨੇ ਜਾਂ ਕਿਸੇ ਵੀ ਦੁੱਗਣੀ ਫੀਸ ਤੋਂ ਬਚਣ ਵਿੱਚ ਮਦਦ ਕਰੇਗਾ। Paytm Payments Bank ਤੇ ਪਾਬੰਦੀਆਂ ਦੇ ਸਬੰਧ ਵਿੱਚ ਭਾਰਤ ਰਿਜ਼ਰਵ ਬੈਂਕ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੀਟੀਐਮ ਫਾਸਟਐਗ ਉਪਭੋਗਤਾ 15 ਮਾਰਚ ਤੋਂ ਬਾਅਦ ਰੀਚਾਰਜ ਜਾਂ ਬੈਲੈਂਸ ਨੂੰ ਟਾਪ-ਅਪ ਨਹੀਂ ਕਰ ਸਕਣਗੇ ਹਾਲਾਂਕਿ ਉਹ ਭੁਗਤਾਨ ਕਰਨ ਲਈ ਆਪਣੇ ਮੌਜੂਦਾ ਬੈਲੈਂਸ ਦੀ ਵਰਤੋਂ ਕਰ ਸਕਦੇ ਨੇ ਪੀਟੀਐਮ ਫਾਸਟਐਗ ਨਾਲ ਸੰਬੰਧਿਤ ਕਿਸੇ ਵੀ ਹੋਰ ਜਾਣਕਾਰੀ ਜਾਂ ਸਹਾਇਤਾ ਲਈ ਉਪਭੋਗਤਾ ਆਪਣੀਆਂ ਸਬੰਧਤ ਬੈਂਕਾਂ ਤੱਕ ਪਹੁੰਚ ਕਰ ਸਕਦੇ ਨੇ ਪੰਜਾਬ ਦੇ ਮੁਖ ਚੋਣ ਅਧਿਕਾਰੀ ਸੇਵਿੰਸੀ ਨੇ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਰਾਜ ਪਧਰੀ ਮੀਡੀਆ ਸਰਟੀਫਿਕੇਸ਼ਨ ਤੇ ਮਾਨਿਟਰਿੰਗ ਕਮੇਟੀ ਐਮਸੀ ਐਮਸੀ ਅਤੇ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀਆਂ ਦਾ ਗਠਨ ਕੀਤਾ ਐਮਸੀ ਐਮਸੀ ਲਈ 6 ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਇਸ ਦੇ ਚੇਅਰਮੈਨ ਮੁਖ ਚੋਣ ਅਧਿਕਾਰੀ ਖੁਦ ਹੋਣਗੇ ਵਿਧੇਕ ਮੁਖ ਚੋਣ ਅਧਿਕਾਰੀ ਅਭਿਜੀਤ ਕਪਲਿਸ ਮੈਂਬਰ 7 ਹੋਣਗੇ ਇਸ ਤੋਂ ਇਲਾਵਾ ਪ੍ਰੈਸ ਇਨਫੋਰਮੇਸ਼ਨ ਬਿਊਰੋ ਪੀ ਆਈ ਬੀ ਵੱਲੋਂ ਨਾਮਜ਼ਦ ਡੀਜੀ ਏ ਡੀਜੀ ਪੱਧਰ ਦੇ ਅਧਿਕਾਰੀ ਨੋਡਲ ਅਫਸਰ ਹੋਣਗੇ ਵਧੀਕ ਡਾਇਰੈਕਟਰ ਸੀਬੀਸੀ ਚੰਡੀਗੜ੍ਹ ਬਲਜੀਤ ਸਿੰਘ ਭਾਰਤੀ ਜਨ ਕਮਿਸ਼ਨ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਪਾਰਲੀਮਨਨੀ ਹਲਕੇ ਵਿੱਚ ਨਿਯੁਕਤ ਆਬਜ਼ਰਵਰ ਅਤੇ ਪ੍ਰੈਸ ਕੌਂਸਲ ਆਫ ਇੰਡੀਆ ਵੱਲੋਂ ਨਾਮਜ਼ਦ ਮੈਂਬਰ ਵਿਨੋਦ ਕੋਹਲੀ ਸ਼ਾਮਲ ਨੇ ਸੀਪਿੰਸ ਨੇ ਦੱਸਿਆ ਕਿ ਰਾਜਪਧਰੀ ਮੀਡੀਆ ਮਾਨਿਟਰਿੰਗ ਸੈੱਲ ਦਾ ਗਠਨ ਕੀਤਾ ਜਾ ਚੁੱਕਾ ਹੈ ਤੇ ਇਹ ਸੈੱਲ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਸਿਹਤ ਵਿਭਾਗ ਵੱਲੋਂ 23 ਮਾਰ ਤੱਕ ਪੋਸ਼ਣ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਇਸ ਤਹਿਤ ਸੂਬੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਆਂਗਣਵਾੜੀ ਕੇਂਦਰਾਂ ਅਤੇ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਔਰਤਾਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਪੋਸ਼ਣ ਪੰਦਰਵਾੜੇ ਦੇ ਸਬੰਧ ਵਿੱਚ ਅੱਜ ਫਾਜ਼ਿਲਕਾ ਦੇ ਬਲਾਕ ਕੁਈ ਕਿ ਰਾ ਵਿੱਚ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੱਖ-ਵੱਖ atividades ਚਲਾਈਆਂ ਜਾ ਰਹੀਆਂ ਨੇ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਪਾਲ ਸੁਰੱਖਿਆ ਪ੍ਰੋਗਰਾਮ ਦੀ ਟੀਮ ਨੇ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਆ ਰਹੇ ਨੇ ਡੀਡੀ ਕਾ ਜਲੰਧਰ ਦੇ YouTube ਚੈਨਲ Facebook ਪੇਜ ਅਤੇ Social Media Platform X ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ